ਜੱਗਾਂ ਦੇ ਪੀਰ ਫਰਮਾਉਂਦੇ ਨੇ ਇਸ ਮਨੂਲੀ ਸਿੱਤਨ ਮਿਨ ਅਨਫੋਸੇ ਕੁਮ ਅਜ਼ਮਾਨੁਲਾ ਕੁਮੁਲ ਜੰਨਾ, ਜਿਹੜਾ ਮੈਨੂੰ 6 ਚੀਜ਼ਾਂ ਦੀ ਜ਼ਮਾਨਤ ਦਿੰਦਾ ਮੈਂ ਮੁਹੰਮਦ ਉਹਨੂੰ ਜੰਨਤ ਦੀ ਜ਼ਮਾਨਤ ਦੇ ਦੇਣਾ ਵਾ। ਕਿੰਨੀਆਂ ਚੀਜ਼ਾਂ ਬੋਲੋ? 6 ਚੀਜ਼ਾਂ ਦੀ ਜ਼ਮਾਨਤ ਦਿੰਦਾ ਮੈਂ ਮੁਹੰਮਦ ਉਹਨੂੰ ਜੰਨਤ ਦੀ ਜ਼ਮਾਨਤ ਦੇ ਦੇਣਾ ਵਾ। ਆਈਏ ਉਹ 6 ਚੀਜ਼ਾਂ ਕਿਹੜੀਆਂ ਨੇ, ਜ਼ਰਾ ਗੌਰ ਕੀਜੀਏ, ਤਵੱਜੋ ਮੇਰੇ ਵੱਲ। ਪਹਿਲੀ ਗੱਲ ਫਰਮਾਇਆ ਉਸ ਦੋਕੂ ਇਜ਼ਾ ਹੱਦਸ ਤੁਮ, ਗੱਲ ਫਿਰ ਉੱਥੇ ਹੀ ਆ ਗਈ। ਅਗਰ ਉਹ ਜ਼ਮਾਨਤ ਦਿੰਦਾ ਮੈਂ ਕਦੀ ਝੂਠ ਨਹੀਂ ਬੋਲਿਆ, ਜਦੋਂ ਗੱਲ ਕਰਦਾ ਉਹ ਸੱਚ ਬੋਲਦਾ। ਪਹਿਲੀ ਗੱਲ ਨਬੀ ਪਾਕ ਨੇ ਫਰਮਾਇਆ 6 ਗੱਲਾਂ ਦੀ ਜ਼ਮਾਨਤ ਤੁਸੀਂ ਦੇ ਦਿਓ ਤੇ ਜੰਨਤ ਦੀ ਜ਼ਮਾਨਤ। ਪਹਿਲੀ ਗੱਲ ਜਦੋਂ ਝੂਠ, ਜਦੋਂ ਗੱਲ ਕਰਦਾ ਉਹ ਸੱਚ ਬੋਲਦਾ। ਵਾਉਫੂ ਇਜ਼ਾ ਵਅਤਮ, ਜਦੋਂ ਵਾਦਾ ਕਰਦਾ ਉਹ ਪੂਰਾ ਕਰਦਾ। ਫਰਮਾਇਆ ਵਅਦੂ ਇਜ਼ਾ ਉਤਮਿੰਤੁਮ, ਜਦੋਂ ਅਮਾਨਤ ਉਹਦੇ ਕੋਲ ਰੱਖੀ ਜਾਂਦੀ ਹੈ ਉਹ ਅਮਾਨਤ ਵਾਪਸ ਕਰ ਦਿੰਦਾ। ਵਫਜ਼ੂ ਫਰੂਜਕੁਮ, ਜਿਹੜਾ ਆਪਣੀ ਸ਼ਰਮਗਾਹ ਦੀ ਹਿਫਾਜ਼ਤ ਕਰਦਾ। ਵਅਜ਼ੂ ਅਬਸਾਰਕੁਮ, ਉਹ ਜ਼ਮੀਨ ਤੇ ਚੱਲਦਾ ਤੇ ਆਪਣੀਆਂ ਨਿਗਾਹਾਂ ਨੂੰ ਨੀਵੀਆਂ ਕਰਕੇ ਚੱਲਦਾ। ਵਕੁਫੂ ਅਈਦੀਅਕੁਮ, ਕਿਸੇ ਮੁਸਲਮਾਨ ਮੂਮਨ ਨੂੰ ਆਪਣੇ ਹੱਥ ਦੇ ਨਾਲ ਤਕਲੀਫ ਨਹੀਂ ਦਿੰਦਾ। ਇਹ 6 ਗੱਲਾਂ ਦੀ ਜ਼ਮਾਨਤ ਤੁਸੀਂ ਦੇ ਦਿਓ, ਤੁਹਾਡੀ ਜੰਨਤ ਦਾ ਜ਼ਾਮਨ ਮੈਂ ਮੁਹੰਮਦ ਬਣ ਜਾਣਾ। ਹੁਣ ਇਹ ਮੁਆਸ਼ਰੇ ਵਾਸਤੇ 6ਵੇਂ ਚੀਜ਼ਾਂ ਹੀ ਸੋਣਾ ਨੇ, ਬੋਲਦੇ ਨਹੀਂ। ਮਸਲ ਜਦੋਂ ਗੱਲ ਕਰਨੀ ਹੈ ਸੱਚ ਬੋਲੋ, ਜਦੋਂ ਵਾਅਦਾ ਕਰਨਾ ਉਹਨੂੰ ਬੋਲੋ, ਵਾਅਦਾ ਕਰਨਾ ਤੇ ਪੂਰਾ।